ਸਤਿ ਸ਼੍ਰੀ ਅਕਾਲ ਦੋਸਤੋ, ਮਾਡਰਨ ਖੇਤੀ ਟੀ ਵੀ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ 18 ਦਸੰਬਰ 2019 ਨੂੰ ਗੁੱਲੀ ਡੰਡੇ ਦੀ ਸਪਰੇ ਆ ਜਿਹੜੀ, ਉਹ ਇਸ ਮੱਖੀ ਪੰਪ ਨਾਲ ਵੀ ਕਹਿ ਦਿੰਦੇ ਨੇ ਜਾਂ ਫਿਰ ਕੀੜਾ ਵੀ ਕਹਿ ਦਿੰਦੇ ਨੇ, ਇਹਨੂੰ ਇਸ ਨਾਲ ਕੀਤੀ ਜਾ ਰਹੀ ਆ। 52 ਫੁੱਟ ਚੌੜੀ ਇਹਦੀ ਫਾਂਟ ਆ ਜਿਹੜੀ, ਇੱਕ ਵਾਰੀ 'ਚ 52 ਫੁੱਟ ਖੇਤ ਆ ਜਿਹੜਾ ਉਹ ਕਵਰ ਕਰਦੀ ਆ ਇਹ। ਅਤੇ ਉੱਪਰੋਂ ਫੁਆਰਾ ਜਿਹੜਾ, ਜਿਵੇਂ ਆਪਾਂ ਕੱਟ ਨਿਊਜ਼ਲ ਕਹਿ ਦਿੰਦੇ ਹਾਂ, ਉਹ ਚੀਜ਼ ਇਹ ਕਰ ਰਹੀ ਹੈ। ਐਕਸਲ ਦੇ ਵਿੱਚ ਸੰਕੋਰ 60 ਗ੍ਰਾਮ ਪਾ ਕੇ ਸਪਰੇ ਆ ਇਹ ਖੇਤ ਦੇ ਵਿੱਚ ਗੁੱਲੀ ਡੰਡੇ ਦੇ ਲਈ ਕੀਤੀ ਜਾ ਰਹੀ ਆ। ਅਤੇ 150 ਲੀਟਰ ਪਾਣੀ ਹੈ ਏਕੜ ਦਾ ਜਿਹੜਾ, ਇਹ ਆਪਾਂ ਕੀਲੇ ਦੀ ਗੱਲ ਕਰ ਲਈਏ, ਉਹਦੇ ਵਿੱਚ ਲਗਾਇਆ ਜਾ ਰਿਹਾ। ਬਹੁਤ ਵਧੀਆ ਸਪਰੇ ਆਪਣੇ ਖੇਤ ਦੇ ਵਿੱਚ ਹੁੰਦੀ ਆ, ਕੋਈ ਫਾਂਟ ਵਗੈਰਾ ਨਹੀਂ ਰਹਿੰਦੀ ਹੈਗੀ। ਅਤੇ ਗੁੱਲੀ ਡੰਡੇ ਦੇ ਉੱਤੇ ਉੱਪਰੋਂ ਆ ਜਿਹੜਾ ਸਿੱਧਾ ਪ੍ਰੈਸ਼ਰ ਹੈ ਪਾਣੀ ਦਾ, ਉਹ ਪੈਂਦਾ ਅਤੇ ਬੂਮ, ਜਿਵੇਂ ਕਹਿ ਲਈਏ ਵੀ ਬੂਮ ਬਣ ਜਾਂਦੀ ਆ, ਬਿਲਕੁਲ ਧੁੰਦ ਫੋਗ ਟਾਈਪ ਹੋ ਜਾਂਦਾ। ਅਤੇ ਇਕੱਲਾ ਇਕੱਲਾ ਪੱਤਾ ਜਿਹੜਾ ਐਨ ਭਿਉਂਤਾ ਜਾਂਦਾ ਉਹਦਾ ਆਪਣਾ ਦਵਾਈ ਦੇ ਨਾਲ। ਬਹੁਤ ਵਧੀਆ ਰਿਜ਼ਲਟ ਨੇ ਜਿਹੜੇ, ਆਪਾਂ ਨੇ ਪਹਿਲਾਂ ਵੀ ਸਪਰੇ ਕਰਾਈ ਸੀਗੀ ਇਹਦੇ ਨਾਲ, ਬਹੁਤ ਜ਼ਿਆਦਾ ਵਧੀਆ ਰਿਜ਼ਲਟ ਨੇ ਜਿਹੜੇ ਇਹਦੇ ਆ ਰਹੇ ਨੇ। 150 ਰੁਪਈਆ ਕਿੱਲੇ ਦੇ ਹਿਸਾਬ ਨਾਲ ਇਹ ਮਸ਼ੀਨ ਵਾਲੇ ਕਿਰਾਇਆ ਲੈਂਦੇ ਨੇ। PI ਕੰਪਨੀ ਦੀ ਮਸ਼ੀਨ ਆ ਇਹ। ਕਣਕ ਦੇ ਵਿੱਚ ਕੋਈ ਐਵੇਂ ਨਹੀਂ ਹੈਗਾ ਵੀ ਮੱਧ ਦਿੰਦੀ ਆ ਖੇਤ ਨੂੰ, ਕੋਈ ਮੱਧ ਮੁੱਧ ਨਹੀਂ ਰਹੀ ਹੈਗੀ। ਬਹੁਤ ਵਧੀਆ ਸਪਰੇ ਆ ਜਿਹੜੀ ਇਹ ਹੁੰਦੀ ਆ। ਜਿਵੇਂ ਆਪਾਂ ਜੇ ਫਾਂਟ ਦੇ ਵਿੱਚ ਦੇਖੀਏ ਵੀ ਆਹ ਫਾਂਟ ਗਈ ਹੋਈ ਆ, ਅਤੇ ਤੀਜੇ ਚੌਥੇ ਦਿਨ ਕਣਕ ਬਿਲਕੁਲ ਇਹਨੂੰ ਕਵਰ ਕਰ ਲੈਂਦੀ ਆ, ਦੀ ਪਤਾ ਵੀ ਨਹੀਂ ਲੱਗਦਾ ਹੈਗਾ ਇਹਦਾ ਵੀ ਇੱਥੇ ਨੂੰ ਮਸ਼ੀਨ ਗਈ ਹੋਈ ਆ। ਅੱਜ ਮੈਂ ਹੁਣ ਤਾਂ ਆਪਾਂ ਲਾਈਨ ਦੇਖ ਰਹੇ ਹਾਂ ਨਾ, ਇੱਥੋਂ ਦੀ ਮਸ਼ੀਨ ਗਈ ਹੋਈ ਆ। ਸੋ ਦੋਸਤੋ, ਜੇ ਵੀਡੀਓ ਵਧੀਆ ਲੱਗੀ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਲਿਓ, ਅਤੇ ਸਬਸਕ੍ਰਾਈਬ ਦਾ ਬਟਨ ਆ ਜਿਹੜਾ ਉਹ ਦੱਬ ਕੇ ਰੈੱਡ ਕਲਰ ਦਾ ਲਾਲ ਰੰਗ ਦਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਬੈੱਲ ਦਾ ਆਈਕਨ ਕਰ ਲਿਓ ਨਵੀਆਂ ਵੀਡੀਓ ਜਿਹਦੇ ਨਾਲ ਤੁਹਾਡੇ ਤੱਕ ਜਲਦੀ ਪਹੁੰਚ ਸਕਣਗੀਆਂ। ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ ਜੀ।